ਸਾਂਝਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣੀ ਬੋਬ ਸਾਂਝ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪਹੁੰਚੇ ਹੋਏ ਨਿਊ ਮਰੀਨ ਟੈਸਟ ਸੈਂਟਰ 'ਤੇ ਜੋ ਕਿ 25 ਕਰਾਕ ਦੇ ਫਰੰਟ ਦੇ ਵਿੱਚ ਹੈ। ਬੜੀ ਖੁਸ਼ੀ ਦੀ ਗੱਲ ਹੈ ਕਿ ਧੁੱਗਾ ਪਰਿਵਾਰ ਨੇ ਹਰ ਸਾਲ ਦੀ ਤਰ੍ਹਾਂ ਇਹ ਸਾਲ ਵੀ ਬ੍ਰਹਮਪੁਰ ਦੇ ਹਸਪਤਾਲ ਵਾਸਤੇ ਜੋ ਦਾਨ ਦਿੱਤਾ ਹੈ 4.5 ਲੱਖ ਤੱਕ ਦਾ ਟੀਚਾ ਪਹੁੰਚ ਗਿਆ ਹੈ। ਤਾਂ ਸਪੈਸ਼ਲ ਤੌਰ 'ਤੇ ਅੰਟਾਰੀਓ ਦੇ ਮੁੱਖ ਮੰਤਰੀ ਡਾਕ ਬੋਰਡ ਸਾਹਿਬ ਪਹੁੰਚ ਰਹੇ ਨੇ। ਤਾਂ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਜਿੱਥੇ ਕਰਦੇ ਹਾਂ, ਉਸ ਦੇ ਨਾਲ ਨਾਲ ਧੁੱਗਾ ਪਰਿਵਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਕਿ ਬ੍ਰਹਮਪੁਰ ਦੇ ਹੋਸਪਿਟਲ ਵਾਸਤੇ ਇੰਨੀ ਮਾਇਆ ਇਕੱਤਰ ਕੀਤੀ ਹੈ। ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਸੀਂ ਇਕੱਠੇ ਹੋ ਕੇ ਇੰਨੇ ਪੈਸੇ ਇਕੱਠੇ ਕੀਤੇ। ਅਸੀਂ ਸਾਰੇ ਪਰਿਵਾਰ ਦਾ, ਧੁੱਗਾ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅੱਗੇ ਜਾ ਕੇ ਤੁਹਾਨੂੰ ਕੁਝ ਝਲਕੀਆਂ ਪੇਸ਼ ਕਰਾਂਗੇ। Charitable work and donating a tremendous amount of money over to the great William Ulster Hospital. And that's how we get things done, through great families like this and great businesses. So we're so grateful and we're very appreciative of everyone in Ontario. And we couldn't have been able to get through COVID-19, and we're still fighting to get through it, fighting against this pandemic, without great folks from the community right here at New Millennium Tire. So thank you guys. Yeah. Thank you. Yeah, just hold on. Thank you.
ਸਾਂਝਾ ਪੰਜਾਬ ਟੀ ਵੀ ਪ੍ਰੋਗਰਾਮ ਦੇਖਦੇ ਸਾਰੇ ਹੀ ਦਰਸ਼ਕਾਂ ਨੂੰ ਐਂਡੀ ਧੋਗਾ ਐਂਡ ਨਿਊ ਮਿਲੇਨੀਅਮ ਟਾਇਰ ਸੈਂਟਰ ਦੀ ਸਾਰੀ ਹੀ ਟੀਮ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅਸੀਂ ਵਾਂਸ ਅਗੇਨ ਇਹ ਸਾਲ ਆਇਆ ਜਿਸ ਦੇ ਵਿੱਚ ਅਸੀਂ ਫੰਡ ਰੇਜ ਕੀਤਾ, ਉਹ ਇੱਕ ਇਹ ਹਰੇਕ ਸਾਲ ਅਸੀਂ ਕਰਦੇ ਸੀ, ਬਾਰਬੀਕਿਊ ਕਰਦੇ ਸੀ। ਇਸ ਸਾਲ ਲੋਕਡਾਊਨ ਹੋਣ ਕਰਕੇ ਨਹੀਂ ਕਰ ਸਕੇ। ਸਾਡੇ ਅੰਟਾਰੀਓ ਦੇ ਪ੍ਰੀਮੀਅਮ ਜੋ ਕਿ ਹੁਣੇ ਹੁਣੇ ਇੱਥੇ ਡੱਗ ਫੋਰਡ ਹੁਣੇ ਆਏ ਸੀ, ਉਹਨਾਂ ਨੇ ਇਹ ਸਾਡਾ ਚੈੱਕ ਦੇਣ ਦੇ ਵਿੱਚ ਸਹਿਯੋਗ ਕੀਤਾ। ਅਸੀਂ ਹੋਸਪਿਟਲ ਨੂੰ ਚੈੱਕ ਭੇਟ ਕੀਤਾ। ਅੱਜ ਤਾਈਂ $4,50,000 ਅਸੀਂ ਹੋਸਪਿਟਲ ਨੂੰ ਦੇ ਚੁੱਕੇ ਹਾਂ। ਅੱਜ $1,00,000 ਅਸੀਂ ਇਕੱਠਾ ਕਰਕੇ ਦਿੱਤਾ। ਸੋ ਅਸੀਂ ਡੋਲਰ ਟੂ ਡੋਲਰ ਮੈਚ ਕਰਕੇ ਹੋਸਪਿਟਲ ਨੂੰ ਦਿੰਦੇ ਹਾਂ। ਅਸੀਂ ਵਾਂਸ ਅਗੇਨ ਵੀ ਲਾਈਕ ਟੂ ਥੈਂਕ ਯੂ ਸਾਡੇ ਜਿੰਨੇ ਵੀ ਬਿਜ਼ਨਸ ਵੀਰਾਂ ਨੇ ਇਸ ਫੰਡ ਰੇਜ ਦੇ ਵਿੱਚ ਸਹਿਯੋਗ ਦਿੱਤਾ, ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ। ਐਂਡ ਨਾਲ ਦੀ ਨਾਲ ਜਿੰਨੇ ਵੀ ਸਾਡੀਆਂ ਲੋਕੇਸ਼ਨਾਂ ਨਿਊ ਮਿਲੇਨੀਅਮ ਟਾਇਰ ਸੈਂਟਰ ਦੀਆਂ ਐਂਡ ਸਾਡੇ ਧੋਗਾ ਬ੍ਰਦਰਸ ਐਂਡ ਸਾਰੇ ਹੋਰ ਸਾਡੇ ਸਟਾਫ ਵੱਲੋਂ ਵਾਂਸ ਅਗੇਨ ਥੈਂਕ ਯੂ ਸਾਰਿਆਂ ਦਾ। ਐਂਡ ਸਟੇ ਹੋਮ, ਸਟੇ ਸੇਫ, ਥੈਂਕ ਯੂ ਵੈਰੀ ਮੱਚ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਹੈ ਅਤੇ ਧੰਨਵਾਦ ਹੈ ਧੋਗਾ ਫੈਮਲੀਜ਼ ਦਾ। ਨਿਊ ਮਿਲੇਨੀਅਮ ਟਾਇਰ ਸੈਂਟਰ 'ਤੇ ਜਿੱਥੇ ਪਹੁੰਚੇ ਹਾਂ, ਸਾਡੇ ਜਿਹੜੇ ਪ੍ਰੀਮੀਅਮ ਨੇ ਡੱਗ ਫੋਰਡ ਇੱਥੇ ਪਹੁੰਚ ਰਹੇ ਨੇ, ਜਿਨ੍ਹਾਂ ਨੇ ਕਿ ਹਰ ਇੱਕ ਸਾਲ ਦੀ ਤਰ੍ਹਾਂ ਸਾਡੀ ਟੀਮ ਨੇ ਨਿਊ ਮਿਲੇਨੀਅਮ ਟਾਇਰ ਸੈਂਟਰ ਦੀ ਪੂਰੀ ਫੈਮਲੀ ਦੇ ਨਾਲ ਰਲ ਕੇ ਜਿਹੜਾ ਉਪਰਾਲਾ ਹਰ ਇੱਕ ਸਾਲ ਦੀ ਤਰ੍ਹਾਂ ਵੱਡੇ ਸਪੋਂਸਰਾਂ ਨੂੰ ਲੈ ਕੇ ਜਿਵੇਂ ਕਿ ਹੋਰ ਅਸੀਂ ਫੰਕਸ਼ਨ ਕਰਦੇ ਹਾਂ, ਉਸ ਦੇ ਵਿੱਚ ਜਿੱਥੇ ਸਾਡੇ ਲੋਕਾਂ ਨੇ ਬਿਜ਼ਨਸ ਦੇ ਵਿੱਚ ਮੱਲਾਂ ਮਾਰੀਆਂ ਨੇ, ਉੱਥੇ ਨਾਲ ਦੀ ਨਾਲ ਚੈਰਿਟੀ ਨੂੰ ਕਰਨਾ ਉਹ ਜ਼ਰੂਰੀ ਹੈ। ਇਸ ਟਾਈਮ ਦੇ ਉੱਤੇ ਹਮੇਸ਼ਾ ਦੀ ਤਰ੍ਹਾਂ ਧੋਗਾ ਫੈਮਲੀ ਜਿਹੜੀ ਕਿ ਹੋਸਪਿਟਲ ਨੂੰ ਮਦਦ ਕਰਦੀ ਹੈ, $4,00,000 ਜਿਹੜਾ ਇਕੱਠਾ ਕੀਤਾ, ਬਹੁਤ ਵੱਡੀ ਰਾਸ਼ੀ ਇਕੱਠੀ ਕੀਤੀ ਹੈ। ਜਦੋਂ ਕਿ ਪੈਂਡੈਮਿਕ ਚੱਲ ਰਿਹਾ, ਇਹੋ ਜਿਹੇ ਸਾਨੂੰ ਪਤਾ ਲੱਗਿਆ, ਸਾਰੀ ਦੁਨੀਆ ਨੂੰ ਪਤਾ ਲੱਗਿਆ ਕਿ ਜੇ ਤੁਸੀਂ ਮਦਦ ਕਰਨੀ ਹੈ ਤਾਂ ਹੋਸਪਿਟਲਾਂ ਦੀ ਕਰੋ, ਮੈਡੀਕਲ ਸਿਸਟਮ ਦੀ ਕਰੋ, ਜਿੱਥੇ ਕਿ ਸਾਡੇ ਫਰੰਟ ਲਾਈਨ ਵਰਕਰਸ ਮੂਹਰੇ ਹੋ ਕੇ ਕੰਮ ਕਰ ਰਹੇ ਨੇ, ਉੱਥੇ ਸਾਡੀ ਕਮਿਊਨਿਟੀ ਵੀ ਇਹ ਸ਼ੋਅ ਕਰ ਰਹੀ ਹੈ ਕਿ ਅਸੀਂ ਉਹਨਾਂ ਦੇ ਨਾਲ ਹੈ, ਵੱਧ ਤੋਂ ਵੱਧ ਅਸੀਂ ਉਹਨਾਂ ਦੀ ਮਦਦ ਕਰਨ ਦੇ ਲਈ ਤਿਆਰ ਹੈ। ਮੈਂ ਬਹੁਤ ਬਹੁਤ ਧੰਨਵਾਦੀ ਹਾਂ ਧੋਗਾ ਫੈਮਲੀ ਦਾ, ਜਿਨ੍ਹਾਂ ਨੇ ਉਪਰਾਲਾ ਪਿਛਲੇ ਸਾਲਾਂ ਤੋਂ ਲੰਬਿਆ ਅਤੇ ਹਰ ਇੱਕ ਵਾਰੀ ਇੱਕ ਲੰਮੀ ਪਲਾਂਘ ਪੱਟ ਕੇ ਇਸ ਫੰਡਸ ਨੂੰ ਹੋਰ ਇਕੱਠਾ ਕਰਕੇ ਸਾਡੇ ਹੋਸਪਿਟਲ ਦੀ ਮਦਦ ਕਰਦੇ ਨੇ। ਇਸ ਦੇ ਉੱਤੇ ਸਾਡੀ ਟੀਮ ਵੱਲੋਂ, ਯੂਨਾਈਟਿਡ ਗਰੁੱਪ ਆਫ ਕੰਪਨੀ ਵੱਲੋਂ ਬਹੁਤ ਬਹੁਤ ਧੰਨਵਾਦ।